क्यों नहीं बस यार तू तो कुलजी की जड़ मारता है गाइस वेलकम बैक टू माय चैनल। आई होप तुम सब जने कैंड होगे असि भी कैंड। थंबनेल तो टाइटल तो देख लिया होना अज ही यूनीक स्टाइल का कुलचा विखाण जा रहे हैं क्योंकि मैं वाहवा तंदूर से कुलचे बनते वेखिया बट वो वाला कुलचा ना बड़ा ही घैन जी तो यूनीक तरीके बनता जी। वो सारा व्लॉग देखियो माड़ा ही ना स्किप करो तो मैं हूने बोबा ने मैंने वीडियो दिखाई तो चलते फिर उत आज चलीए फिर पहुँच चुके हैं लोकेशन से तो कुलचे लवाने तीन एक सी डी वाला आयो भाई की लोकेशन हैगी इधर कुलचे कुलचे लगते लो जी इधर अपनी लोकेशन से पहुँच गए मेन अपने भाजी होने होंगे पनीर वाला हाँ जी गोभी वाला अच्छा जी आलू गोभी प्याज मिक्स स्पेशल कोई स्पेशल पनीर नहीं पाओगे ठीक है जी गोभी प्याज मिक्स भाई आलू है गोभी प्याज सारा मिक्स है अच्छा वो आलू वाले गोभी प्याज मिक्स तीन कुलचे कह तो एक भाजी है मिर्चा खाते सीडी वाले सीडी वाले अभी बड़े चिर तो कहने लागे रहने इतलो का भाजी उन्होंने कट कर किनिया लेरा पा दिया भाई ने ते इधर भाजी होना ने आलू ते गोभी प्याज ना मिक्सर मिक्स को चला दे ओए होए इधर भाई होना ने पीता करता बंद। अच्छा उत्ते भी लांदे जी उत्ते भी गोभी प्याज लांदे ओके हो गया रेडी इधर भाजी होनी लगेगा कितना को टाइम लगेगा भाजी इनू सात आठ मिनट नहीं आते भाई बना दे सात मिनट बाद आ गई थाली लग चुकी जी छोले चटनी छोले किदा फिर भाई लसन बगैर बनते ओके इधर चटनी इधर छोले इधर कुलचे लगे हुए भाजी होना अपना कुलचा तो आ गया देखियो कि रेड पन आया जी कि क्रिस्पी लगता पा जी यार मूँह जी पानी का आंदा होना करो इधर भाजी होनी कुलचा लिया दे सारे लियावो भाई इधर लड़ाई हो जानी जी साड़ी इधर देखियो आ भी रेड रेड है पूरा घैंट जी कुलचे दे पॉलिश ये नहीं पॉलिश होती भाई ये देसी घ्यो दी पॉलिश अंबर सच दो चीजा फेमस है की मक्खन ते घ्यो लस्सी निशानू
ਭੁੱਖ ਲੱਗ ਗਈ ਆ, ਬਾਹਰ ਬਹਿ ਕੇ ਨਾ ਖਾਈਏ ਬਹੁ ਭਾਈ, ਬਾਹਰ ਸੋ ਧੁੱਪੇ। ਤੇ ਇੱਧਰ ਭਾਈ ਜੀ ਨੇ ਸੀਟਿੰਗ ਪਲੈਨ ਵੀ ਕਰਤਾ ਸਾਰਾ ਯਾਰ, ਤੇ ਇੱਧਰ ਬੈਠ ਕੇ ਖਾਂਦੇ ਸੀਟੀ ਵਾਲਾ ਉੱਧਰ ਆ ਦੂ ਫੜੋ। ਤੇ ਬੱਬੂ ਭਾਈ ਪਹਿਲਾਂ ਟੇਸਟਿੰਗ ਕਰਕੇ ਖਾਣਗੇ ਤੁਹਾਨੂੰ। ਭੁੱਖ ਬੜੀ ਲੱਗਦੀ ਪਈ, ਮੇਰੇ ਕੋਲ ਰਹਿ ਨੀ ਹੁਣ ਦਿਆ। ਕਿਹੜਾ ਸਮਾਂ ਤਿੰਨਾਂ ਚ ਜਿਹੜਾ ਮਰਜ਼ੀ ਖਾਣਾ, ਸਾਰੇ ਤੇਰੇ ਹੀ ਆ, ਸਾਰੇ ਮੇਰੇ ਆ। ਪਰ ਆ ਨਾ ਖਾਲੀ ਸੀਟੀ ਵਾਲਾ, ਸੀਟੀਆਂ ਮਾਰੂਗਾ ਛੋਲੇ ਪੂਰੇ ਗਲੇ ਹੋਏ ਜਿਹੜੇ ਦੂਜੇ ਹੁੰਦੇ ਆ ਅੰਦਰੋਂ ਕੱਚੇ ਕੱਚੇ ਹੁੰਦੇ ਆ, ਪਰ ਭਾਜੀ ਉਹਨਾਂ ਦੇ ਐਂਡ ਜੀ ਆਹ ਦੇਖਿਓ ਛੋਲੇ ਵੀ ਸਵਾਦ ਗਏ, ਸਾਰਾ ਕੁਝ ਸਵਾਦ ਹੀ ਆ। ਫੋਨ ਕਰਾਂਗੇ ਇੰਨਾ ਕੁਲਚਾ ਪਿੰਨ ਲੱਗੀ ਇਸ ਟਾਈਮ ਭੁੱਖ। ਹਾਂ ਗੋਭੀ ਨੂੰ ਸਾਰਾ ਕੁਝ ਸਵਾਦ ਹੀ ਲੱਗਦਾ ਪਿਆ। ਜਿਹੜੇ ਯਾਰ ਦੂਜੇ ਕੁਲਚੇ ਹੁੰਦੇ ਪਿੱਛੋਂ ਪੱਕੇ ਨਹੀਂ ਹੁੰਦੇ, ਭਾਜੀ ਇਹਨਾਂ ਦੇ ਪੁੱਛੇ ਉਹ ਵੀ ਪੱਕਾ ਕੁਲਚਾ ਵਿਖਾ ਸਕਦੇ ਤੀ। ਤੇ ਫੋਨ ਕਰਾਂਗੇ ਟਰਾਈ ਇੱਧਰ ਆਪਣੀ ਦੇਸੀ ਘਿਓ ਦੇ ਕੁਲਚੇ ਦੀ ਬਾਈਟ। ਪਰ ਜੋ ਮਰਜ਼ੀ ਜੋ ਮੱਖਣ ਦੇ ਮੂੰਹ ਦੇ ਵਿੱਚ ਰੱਖ ਕੇ ਕੁਲਚੇ ਨਾ ਮਜ਼ਾ ਨਾ। ਤੇ ਪਹਿਲਾਂ ਤੁਸੀਂ ਟਰਾਈ ਕਰੋ, ਲੱਗਣ ਦੀ ਨਾ ਗੱਲਬਾਤ ਪੂਰੀ। ਜਿੰਨਾ ਸਸਤਾ ਬਣ ਗਿਆ ਮੂੰਹ ਦੇ ਪਾਣੀ ਦੇ ਘੁਲ ਗਿਆ ਤੇ ਫਿਰ ਮਿਲਦੇ ਨੇ ਖਾ ਕੇ ਯਾਰ। ਲਾਲ ਮਿਰਚ ਸਵਾਦ ਅਨੁਸਾਰ ਇਹ ਆ ਗਿਆ ਪੁਦੀਨਾ ਬੋਲ ਸੀਗਰਟ ਮਸਾਲਾ ਭਾਈ ਦੋ ਆਲੂ ਵਾਲੇ ਹੋਰ ਦੂਜਾ ਲਾਇਓ। ਭਾਈ ਨੂੰ ਆਰਡਰ ਸਾਰੇ ਰਿਪੀਟ ਕੀਤੇ ਜਿੰਨੇ ਬੈਠੇ ਆ ਨਾ ਸਾਰਿਆਂ ਨੇ ਰਿਪੀਟ ਕੀਤੇ। ਇੱਥੋਂ ਪਤਾ ਲੱਗਦਾ ਕਿ ਭਾਈ ਦਾ ਕਿੰਨਾ ਕੁਲਚਾ ਐਂਡ ਹੈਗਾ। ਸੱਚੀ ਬੜੇ ਸਵਾਦ ਲੱਗਿਆ ਭਾਈ ਐਂਡ ਜੀ, ਐ ਖਸੜਾ ਕੁਲਚਾ ਖਸਤਾ। ਇਹ ਭਾਈ ਨੇ ਪਨੀਰ ਦਾ ਮਿਕਸਚਰ ਮੈਂ ਜਿਹੜਾ ਤੁਸੀਂ ਵੇਖ ਲਿਆ ਸੀ, ਮੈਂ ਉਦੋਂ ਕੁਲਚਾ ਖਾਂਦਿਆ ਸੀ ਆਪਣਾ।
ਉੱਤੇ ਆ ਗਿਆ ਭਾਈ ਪਨੀਰ ਫਿਰ ਤੋਂ ਹਾਂਜੀ ਓਏ ਹੋਏ ਉੱਤੇ ਆ ਗਿਆ ਯਾਰ ਪਨੀਰ ਕਿੰਨਾ ਬੜਾ ਆ ਗਿਆ ਪਿਆਰ ਲਈ ਵੀ ਆ ਗਿਆ ਇਹ ਤੁਸੀਂ ਸੋਚਦੇ ਹੋਗੇ ਬੰਦ ਹੋਊਗਾ ਬੰਦ ਨਹੀਂ ਹੋਊਗਾ ਹੁਣ ਇੱਦਾਂ ਹੀ ਤੰਦੂਰ ਚ ਲੱਗੂਗਾ ਤੰਦੂਰ ਚ ਡੱਲਾ ਹੈ ਤੇ ਉਧਰ ਆਪਣੀ ਹੋਰ ਵੀ ਕੁਲਚੇ ਲੱਗੇ ਹੋਏ ਆ ਓਏ ਹੋਏ ਤੇ ਇੱਧਰ ਭਾਜੀ ਵੀ ਲਾਣਗੇ ਤੰਦੂਰ ਚ ਓਏ ਹੋਏ ਇੰਨੀ ਬੜੀ ਮੈਨੂੰ ਲੱਗਾ ਸਾਰੀ ਪਾਣ ਲੱਗੇ ਕਿਤੇ ਗਰਮ ਮਸਾਲਾ ਦੇਸੀ ਘਿਓ ਨਾ ਪੂਰਾ ਭਾਈ ਐ ਅੰਦਰ ਤੱਕ ਲਾਉਂਦੇ ਘੈਣ ਜੀ ਰਿਪੀਟ ਕਰਾਏ ਆਪਾਂ ਕੁਲਚੇ ਪਨੀਰ ਦੀ ਨੀ ਭੁੱਲ ਜੀ ਉਹਦੀ ਘਿਓ ਦੀ ਪਨੀਰ ਵਾਲੇ ਆਣਾ ਸਟਫਿੰਗ ਚੈੱਕ ਕਰੋ ਯਾਰ ਅੱਜ ਆਲੂ ਪਿਆਜ਼ ਉੱਤੇ ਵੀ ਮਟੀਰੀਅਲ ਪੂਰਾ ਪਰ ਤੁਹਾਨੂੰ ਨਾ ਮੇਦੀ ਦਾ ਅਹਿਸਾਸ ਨਹੀਂ ਹੋਣਾ ਪੂਰਾ ਆਲੂ ਆਲੂ ਲੱਗਣਾ ਵੇਖਿਓ ਸ਼ੀਟ ਮੇਦੀ ਦੀ ਹੈਗੀ ਆ ਪਰ ਬਿਲਕੁਲ ਨਾ ਮਾਤਰ ਤੁਹਾਨੂੰ ਲੱਗਦਾ ਸੜਿਆ ਪਰ ਸੜਿਆ ਨਹੀਂ ਹੈ ਇਹ ਜਿਹੜਾ ਮਾੜਾ ਮੋਟਾ ਹੁੰਦਾ ਉਹਨੂੰ ਸਾਫ਼ ਕਰ ਦਊਗਾ ਹਾਂਜੀ ਹਾਂਜੀ ਬੈਠੋ ਪੈਕ ਕਰਨਾ ਜਿਹੜੀ ਕੁਲਚੇ ਦੀ ਰੰਗ ਭਾਜੀ ਜਲਦੀ ਪਈ ਨਾਲ ਯਾਰ ਇਹਦੀ ਨਾ ਆਹ ਚੀਜ਼ ਚੈੱਕ ਕਰੋ ਮਸਾਲਾ ਥੱਲੇ ਪਨੀਰ 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 ਲਗਾਉਣਾ ਬਸ ਯਾਰ ਤੂੰ ਫਿਰ ਵੀ ਇੱਧਰ ਕੁਲਚੇ ਚਲਦੇ ਆ ਸਵਾਦ ਸਵਾਦ ਪਨੀਰ ਦਾ ਵੇਖ ਲਓ ਪਨੀਰ ਦੀ ਟੇਸਟਿੰਗ ਕਰਕੇ ਪਨੀਰ ਵਾਲੀ ਗਰਾਈ ਪਨੀਰ ਨਾ ਛੋਟੇ ਗਾ ਪਨੀਰ ਇਧਰੋਂ ਤੁਸੀਂ ਆਓਗੇ ਜਦੋਂ ਮਾਤਾ ਕੋਲਾਂ ਦੇ ਹੋਸਪਿਟਲ ਤੋਂ ਤੇ ਸਿੱਧਾ ਭਾਜੀ ਭਾਜੀ ਹੋਣਾ ਦੀ ਇੱਥੇ ਬੋਰਡ ਲੱਗਾ ਹੋਣਾ ਜੀ ਆਣ ਕੇ ਜ਼ਰੂਰ ਟਰਾਈ ਕਰਿਓ ਤੇ ਉੱਥੇ ਸਾਹਮਣੇ ਡੋਮੀਨੋਜ਼ ਹੈਗਾ ਡੋਮੀਨੋਜ਼ ਦੇ ਬਿਲਕੁਲ ਇੱਧਰ ਭਾਜੀ ਹੁਣ ਆ ਗਈ ਸ਼ੋਪ ਆ ਕਾਰਡ ਦੇ ਸਭ ਨੂੰ ਸ਼ੋਪ ਦੇ ਸਕਦੇ ਅਤੇ ਜਰੂਰ ਦੇ ਸਕਦੇ ਅਤੇ ਯਾਰ ਇਸ ਕੁਲਚਾ ਖਾ ਕੇ ਤਾਂ ਆ ਗਏ ਢਿੱਡ ਭਰ ਗਿਆ ਯਾਰ ਬਹੁਤ ਇਹਦਾ ਘੈਂਟ ਹੀ ਅਤੇ ਅੱਜ ਦਾ ਲੋਕ ਤੁਹਾਨੂੰ ਕਿੱਦਾਂ ਲੱਗਿਆ ਮੈਨੂੰ ਕਮੈਂਟ ਕਰਕੇ ਦੱਸਿਓ ਅਤੇ ਮਿਲਦੇ ਆ ਫਿਰ ਕਿਸੇ ਤੁਹਾਨੂੰ ਨੈਕਸਟ ਵੀਡੀਓ 'ਚ ਟਿਲ ਐਂਡ ਟੇਕ ਕੇਅਰ ਬਾਏ ਬਾਏ।